ಕಿತ್ತರೆ ಕಡೆ ಕಮಲಪ್ಪ ಹರೀ ಕಮಲ್ ಜೋನಿ ಕಿತ್ತರೆ ಆವ್ ಮಡೆ ದರ್ಶನ್ ದರ್ಶನ್ ದೇ ਬਹੁਤ ਹੀ ਸਪੋਰਟਿਵ ਬੰਦਾ ਸਾਡਾ ਉਮੇਸ਼ ਕਰਮਾ ਵਾਲਾ ਕਿੱਥੇ ਕਮਲਪ੍ਰੀਤ ਜੋਨੀ ਸਾਹਿਬ ਬਹੁਤ ਵਧੀਆ ਮਾਹੌਲ ਹੈ, ਬਹੁਤ ਕੈਂਪ ਚੱਲ ਰਿਹਾ, ਗਾਣਾ ਬਹੁਤ ਵਧੀਆ। ਉਮੀਦ ਹੈ ਜਿੱਦਾਂ ਤੁਸੀਂ ਜਿੰਨੇ ਵੀ ਨਿੱਜੇ ਦੇ ਗਾਣੇ ਉਹਨਾਂ ਨੂੰ ਸਪੋਰਟ ਕੀਤਾ, ਉਹਨਾਂ ਨੂੰ ਪਿਆਰ ਦਿੱਤਾ, ਅੱਗੇ ਵੀ ਅਸੀਂ ਪਿਆਰ ਦਿੰਦੇ ਰਹੋਗੇ। ਅਤੇ ਇਸ ਗਾਣੇ ਦੇ ਵਿੱਚ ਵੀ ਜਿਹੜੀ ਤੁਸੀਂ ਪਿਛਲੀ ਵਾਰ ਵੇਖੀ ਸੀਗੀ ਜੈ ਸ਼੍ਰੀ ਮੰਚਨ ਦਾ, ਉਹ ਵੀ ਨਹੀਂ ਜਾਣ ਸਕੇ ਇਹਦੇ ਵਿੱਚ, ਉਹ ਕੁੜੀ ਇਸ ਵਾਰ ਫੀਚਰ ਕਰ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਕਰਮਾ ਇੰਟਰਟੇਨਮੈਂਟ ਕੰਪਨੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੇ ਮੈਂ ਤੁਹਾਡੀ ਆਪਣੀ ਜੈ ਸ਼੍ਰੀ। ਅਤੇ ਅੱਜ ਮੇਰੇ ਗਾਣੇ ਦਾ ਪਹਿਲਾ ਦਿਨ ਹੈ, ਉਹ ਵੀ ਏ ਕੇ ਜੀ ਦਾ ਗਾਣਾ ਅਤੇ ਬਹੁਤ ਹੀ ਸੋਹਣਾ ਗਾਣਾ। ਉਮੀਦ ਕਰੀ ਤੁਹਾਨੂੰ ਬਹੁਤ ਪਸੰਦ ਆਏਗਾ, ਜਿੱਦਾਂ ਕਿ ਤੁਸੀਂ ਓਕੇ ਦੀ ਜਾਣ ਸਕੇ ਨੂੰ ਪਿਆਰ ਦਿੱਤਾ ਬਹੁਤ ਜ਼ਿਆਦਾ, ਇਹਨੂੰ ਵੀ ਉਸ ਤੋਂ ਵੱਧ ਪਿਆਰ ਦੋਗੇ ਤਾਂ ਤੁਹਾਨੂੰ ਬਹੁਤ ਪਸੰਦ ਆਏਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਸਟਰਨ ਪੇਂਡੂਜ਼ ਹੇਅਰ। ਅਤੇ ਅੱਜ ਆਪਣੇ ਗਾਣੇ ਦਾ ਸ਼ੂਟ ਚੱਲ ਰਿਹਾ ਟੈਂਟ ਗੋਰੀਏ ਏ ਕੇ ਬਾਈ ਦਾ ਗਾਣਾ ਦੇ ਨਾਲ। ਅਤੇ ਆਪਣਾ ਪਹਿਲਾਂ ਵੀ ਗਾਣਾ ਆਇਆ ਸੀਗਾ ਕਾਲੀ ਹਾਮਰ ਬਾਈ ਦੇ ਨਾਲ, ਜਿਹੜਾ ਕਿ ਲੀਕ ਹੋ ਗਿਆ ਸੀਗਾ, ਬਟ ਸਾਰੀ ਟੀਮ ਰਲ ਕੇ ਦੁਬਾਰਾ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੀ ਹੈ, ਜਿਹਦਾ ਕਿ ਲਿਖਿਆ ਗਿਆ ਰੈਮ ਹੰਜਰਾ ਦੁਆਰਾ, ਵੈਸਟਰਨ ਮਿਸਟਰ ਡੀ ਦੀਵਾਨ ਸਾਹਿਬ। ਅਤੇ ਬਹੁਤ ਮਿਹਨਤ ਲੱਗੀ ਆ ਪੂਰੀ ਟੀਮ ਦੀ, ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ, ਉਮੇਸ਼ ਭਾਅ ਜੀ ਦਾ, ਏ ਕੇ ਭਾਈ ਦਾ ਅਤੇ ਪੂਰੀ ਟੀਮ ਦਾ, ਰੈਬ ਹੰਜਰਾ ਜਿਨ੍ਹਾਂ ਨੇ ਪੂਰੀ ਇਸ 'ਤੇ ਵਰਕ ਕੀਤਾ ਪ੍ਰੋਜੈਕਟ ਦੇ ਉੱਪਰ। ਸ਼ੂਟ ਬਹੁਤ ਘੈਂਟ ਗਿਆ, ਜੋਨੀ ਭਾਅ ਜੀ ਨੇ ਬਹੁਤ ਵਧੀਆ ਸ਼ੂਟ ਕੀਤਾ ਅਤੇ ਵੈਸਟਰਨ ਪੇਂਡੂ ਨੇ ਮਿਊਜ਼ਿਕ ਘੈਂਟ ਕੀਤਾ ਹੀ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕਮਲਪ੍ਰੀਤ ਜੋਨੀ ਅਤੇ ਅੱਜ ਅਸੀਂ ਗਾਣਾ ਸ਼ੂਟ ਕਰ ਰਹੇ ਹਾਂ ਟੈਂਟ ਗੋਰੀਏ, ਏ ਕੇ ਵੀਰੇ ਦਾ ਗਾਣਾ ਸ਼ੂਟ ਕਰ ਰਹੇ ਹਾਂ, ਸੈਕਿੰਡ ਡੇ ਅੱਜ। ਕੱਲ੍ਹ ਅਸੀਂ ਲੁਧਿਆਣੇ ਸ਼ੂਟ ਕੀਤਾ ਅਤੇ ਅੱਜ ਅਸੀਂ ਕਾਲਕਾ ਹਾਈਵੇ 'ਤੇ ਸ਼ੂਟ ਕਰ ਰਹੇ ਹਾਂ ਸਰ, DLF ਸੁਸਾਇਟੀ ਦੇ ਵਿੱਚ। ਅਤੇ ਬਹੁਤ ਵਧੀਆ ਗਾਣਾ, ਰੈਮ ਹੰਜਰਾ ਵੀਰੇ ਨੇ ਗਾਣਾ ਲਿਖਿਆ ਅਤੇ ਮਿਊਜ਼ਿਕ ਕੀਤਾ ਵੈਸਟਰਨ ਪੇਂਡੂਜ਼ ਨੇ, ਅਤੇ ਬਹੁਤ ਵਧੀਆ ਗਾਣਾ। ਜਿਵੇਂ ਮੇਰੇ ਪਹਿਲੇ ਗੀਤਾਂ ਨੂੰ ਤੁਸੀਂ ਪਿਆਰ ਦਿੰਦੇ ਹੋ, ਇਹ ਗੀਤ ਨੂੰ ਵੀ ਪਿਆਰ ਦਿਓ ਟੈਂਟ ਗੋਰੀਏ। ਅਤੇ
ਹਾਂ ਜੀ ਤੈਨੂੰ ਕਿੰਨੀ ਵਾਰੀ ਮਨਾ ਕੀਤਾ ਤੂੰ ਵਾਰ ਵਾਰ ਆ ਜਾਂਦਾ ਵੇਚਣ ਆਇਆ ਭਾਈ ਗਾਣਾ ਕਿੰਨਾ ਕੰਪਲੀਟ ਹੋ ਗਿਆ ਆਪਣਾ ਨਾਇਕ ਨਹੀਂ ਖਲਨਾਇਕ ਹੂੰ ਮੈਂ ਜ਼ੁਲਮੀ ਬੜਾ ਦੁਖਦਾਇਕ ਹੂੰ ਮੈਂ ਦੁੱਖ ਜਾਂਦਾ ਨਹੀਂ ਸੀ ਜਰਿਆ ਤਾਂ ਉਹ ਯਾਰਾਂ ਨੂੰ ਬੁਲਾ ਕੇ ਅੱਜ ਫਨ ਪੂਰਾ ਕਰਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰੈ ਮੰਦਰਾ ਅਤੇ ਅੱਜ ਅਸੀਂ ਆਏ ਹੋਏ ਹਾਂ ਏ ਕੇ ਬਾਈ ਦੇ ਸ਼ੂਟ 'ਤੇ ਨਵਾਂ ਗਾਣਾ ਸ਼ੂਟ ਕਰਨ ਜੋ ਕਿ ਲਿਖਿਆ ਮੈਂ ਹੀ ਲਿਖਿਆ ਹੋਇਆ ਇਹ ਗਾਣਾ ਜਿੱਦਾਂ ਕਿ ਤੁਸੀਂ ਸਾਡੇ ਜੋਰਡਨ ਨੂੰ ਬਹੁਤ ਪਿਆਰ ਦਿੱਤਾ ਹੈ ਨਾ ਉਮੀਦ ਕਰਦਾ ਇਸ ਗਾਣੇ ਨੂੰ ਵੀ ਓਨਾ ਹੀ ਪਿਆਰ ਦਿਓਗੇ ਹੈ ਨਾ ਇਹ ਕਾਫੀ ਡਿਫਰੈਂਟ ਜਿਹਾ ਗਾਣਾ ਜੋਰਡਨ ਤੋਂ ਹੱਟ ਕੇ ਇੱਕ ਜੋਨਰ ਟਰਾਈ ਕੀਤਾ ਵੇਰੀਏਸ਼ਨ ਲਿਆਉਣ ਦੀ ਹੈ ਨਾ ਥੋੜ੍ਹੀ ਜਿਹੀ ਕੋਸ਼ਿਸ਼ ਕਰੀ ਹੈ ਥੋੜ੍ਹਾ ਜਿਹਾ ਪਾਰਟੀ ਟਾਈਪ ਥੋੜ੍ਹਾ ਜਿਹਾ ਬੈਂਕਰ ਹੈ ਨਾ ਪੈਪੀ ਜਿਹਾ ਗਾਣਾ ਹੈ ਸਾਰਿਆਂ ਨੂੰ ਦੱਸਣਾ ਚਾਹੁੰਦਾ ਇੱਕ ਵਾਰ ਫਿਰ ਇਹ ਹੈ ਕੋਈ ਮਿਲ ਗਿਆ ਵਾਲਾ ਰੋਹਿਤ ਸਾਰਾ ਕੰਮ ਇਹ ਕਰਦਾ ਤੇ ਮੈਂ ਅੱਗੇ ਨਸਰੂਦੀਨ ਸ਼ਾਹ ਜਿਹੜਾ ਮੂਹਰੇ ਹੋ ਜਾਂਦਾ ਟਾਈਮ ਮਸ਼ੀਨ ਬਣਾ ਕੇ ਵੀ ਮੈਂ ਬਣਾਈ ਹੈ ਪਿੱਛੇ ਸਾਰਾ ਕੰਮ ਇਹਨੇ ਕਰਿਆ ਹੁੰਦਾ ਰਹਿਵ ਕੰਜਰਾ ਸੋਰੀ ਰਹਿਵ ਅੰਡਰਾ ਨਾਮ ਨਹੀਂ ਬਗਾੜਦਾ ਵੈਰੀ ਗੁੱਡ ਨਾਮ ਕਰਕੇ ਤਾਂ ਲੱਗੇ